ਭਗਤ ਸਿੰਘ ਦਾ ਉਹ ਸ਼ਹੀਦੀ ਦਿਨ ਮਨਾ ਰਹੇ ਸੀ ਤਾਂ ਉਸ ਦੇ ਵਿੱਚ ਕਪੂਰ ਸਿੰਘ ਚੁੱਪ ਚਾਪ ਆ ਕੇ ਬੈਠ ਗਿਆ। ਸਾਰਾ ਸਮਾਗਮ ਤਾਂ ਕਾਮਰੇਡਾਂ ਦਾ ਸੀ, ਪਰ ਕਪੂਰ ਸਿੰਘ ਜਦੋਂ ਬੈਠਾ ਉਹ ਐਡੀ ਵੱਡੀ ਮਹਾਨ ਸ਼ਖਸੀਅਤ ਹੈ, ਉਹਨੂੰ ਬੈਠੇ ਨੂੰ ਵੇਖ ਕੇ ਕੋਈ ਨਜ਼ਰਅੰਦਾਜ਼ ਤੇ ਕਰ ਨਹੀਂ ਸਕਦਾ। ਹਰ ਇੱਕ ਨੂੰ ਕਹਿਣਾ ਹੀ ਪੈਣਾ ਕਿ ਸਰਦਾਰ ਕਪੂਰ ਸਿੰਘ ਨੂੰ ਟਾਈਮ ਦਿਓ, ਭਾਈ ਆਏ ਹੋਏ ਨੇ, ਇਸ ਗੱਲ ਤੋਂ ਇਨਕਾਰ ਕੋਈ ਨਹੀਂ ਕਰ ਸਕਦਾ। ਇਹਨਾਂ ਨੂੰ ਅਖੀਰ ਨੂੰ ਸਟੇਜ ਸਕੱਤਰ ਨੇ ਕਹਿ ਦਿੱਤਾ ਕਿ ਸਰਦਾਰ ਜੀ ਤੁਸੀਂ ਵੀ ਕੋਈ ਬੋਲੋ ਚਾਰ ਲਫ਼ਜ਼। ਉਹਨੇ ਪਹਿਲਾਂ ਤਾਂ ਇਹੀ ਟਾਲਣ ਦੀ ਯਤਨ ਕੀਤਾ, ਕਹਿੰਦਾ ਨਹੀਂ ਤੁਸੀਂ ਸਾਰੇ ਵਿਦਵਾਨ ਹੀ ਹੋ ਭਾਈ, ਵਧੀਆ ਗੱਲਾਂ ਕਰ ਰਹੇ ਹੋ, ਮੇਰਾ ਹੁਣ ਕੀ ਬੋਲਣਾ। ਕਹਿੰਦੇ ਨਹੀਂ ਜੀ ਨਹੀਂ, ਫਿਰ ਵੀ ਤੁਸੀਂ ਆਏ ਹੋ, ਦੋ ਚਾਰ ਮਿੰਟ ਬਸ, ਦੋ ਚਾਰ ਮਿੰਟ। ਉਹਨਾਂ ਨੂੰ ਇਹ ਸੀ ਕਿ ਸ਼ਾਇਦ ਸਾਡੇ ਹੱਕ ਦੀ ਕੋਈ ਗੱਲ ਅੱਜ ਤਾਂ ਫਸਿਆ ਹੋਇਆ, ਇਕੱਲਾ ਕਰ ਹੀ ਦੇਊਗਾ। ਇਹਨੇ ਖੜਾ ਹੋ ਕੇ ਕਹਿਣ ਲੱਗਿਆ, ਭਾਈ ਮੈਂ ਪੜ੍ਹਿਆ ਤੇ ਸੁਣਿਆ ਤੇ ਕੁਝ ਵੇਖਿਆ ਵੀ ਹੈ, ਭਗਤ ਸਿੰਘ ਬੜਾ ਕਮਾਲ ਸੀ, ਬਹੁਤ ਮਹਾਨ ਸੀ, ਉਹਦੀ ਮਹਾਨਤਾ ਨੂੰ ਮੈਂ ਨੇੜੇ ਹੋ ਕੇ ਵੇਖਿਆ। ਤੁਸੀਂ ਤੇ ਕਹਿ ਰਹੇ ਹੋ ਕਿ ਉਹ ਇਤਨੀ ਬੜੀ ਬਹਾਦਰੀ ਦੇ ਨਾਲ ਸਾਰੇ ਇਸ ਕਸ਼ਟ ਨੂੰ ਆਪਣੇ ਸਰੀਰ ਤੇ ਚੱਲਦਾ ਰਿਹਾ ਤੇ ਅੰਤਲੇ ਸਮੇਂ ਫਾਂਸੀ ਦਾ ਰੱਸਾ ਉਹਨੇ ਚੁੰਮ ਕੇ ਆਪਣੇ ਗਲ ਦੇ ਵਿੱਚ ਪਾਇਆ ਤੇ ਬੰਦੇ ਮਾਤਰਮ ਇਨਕਲਾਬ ਜਿੰਦਾਬਾਦ ਦਾ ਉਹਨੇ ਨਾਰਾ ਲਾਇਆ ਤੇ ਫਾਂਸੀ ਤੇ ਝੂਲ ਗਿਆ। ਤੁਹਾਡਾ ਇਹ ਪ੍ਰਚਾਰ ਹੈ, ਪਰ ਮੈਂ ਵੇਖਿਆ ਜਦੋਂ ਭਗਤ ਸਿੰਘ ਫਾਂਸੀ ਲੱਗਣ ਦਾ ਉਹਦਾ ਸਮਾਂ ਆਇਆ ਤਾਂ ਉਦੋਂ ਬੇੜੀ ਤੇ ਹੱਥਕੜੀ ਦੇ ਵਿੱਚ ਜਕੜ ਕੇ ਉਹਨੂੰ ਬਾਹਰ ਲੈ ਕੇ ਜਾ ਰਹੇ ਸੀ ਤੇ ਉਹਨੂੰ ਖੜਾ ਦਿੱਤਾ ਉੱਥੇ ਜਿੱਥੇ ਕਿ ਫਾਂਸੀ ਲੱਗਣੀ ਹੈ, ਤਿੰਨਾਂ ਨੂੰ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ। ਕਪੂਰ ਸਿੰਘ ਕਹਿੰਦਾ ਵੀ ਮੈਂ ਉੱਥੇ, ਕਿਉਂਕਿ ਜੇਲ੍ਹ ਦਾ ਜਿਹੜਾ ਸੁਪਰਡੈਂਟ ਸੀ ਉਹਦਾ ਲੜਕਾ ਤੇ ਮੈਂ ਦੋਵੇਂ ਆਪਸ ਦੇ ਵਿੱਚ ਜਮਾਤੀ ਸਾਂ, ਜਮਾਤੀ ਹੋਣ ਦੇ ਨਾਤੇ ਮੈਂ ਜੇਲ੍ਹ ਸੁਪਰਡੈਂਟ ਦੇ ਲੜਕੇ ਕੋਲੇ ਬੇਨਤੀ ਕੀਤੀ ਕਿ ਮੈਨੂੰ ਇਹ ਦ੍ਰਿਸ਼ ਦਿਖਾ, ਮੈਂ ਕਦੇ ਦੇਖਿਆ ਨਹੀਂ ਕੋਈ ਬੰਦਾ ਫਾਂਸੀ ਕਿਵੇਂ ਲੱਗਦਾ ਹੁੰਦਾ। ਨੌਜਵਾਨਾਂ ਦਾ ਮੂਡ ਹੁੰਦਾ ਕਿਸੇ ਪਾਸੇ, ਕਹਿੰਦਾ ਉਹ ਕਹਿਣ ਲੱਗਿਆ ਮੈਂ ਤੈਨੂੰ ਦੱਸਣ ਲੱਗਿਆ, ਲੈ ਸੁਣ ਲੈ ਧਿਆਨ ਨਾਲ, ਭਗਤ ਸਿੰਘ ਦੇ ਨਾਲ ਦੇ ਬੰਦੇ ਨੂੰ ਹੁਣੇ ਫਾਂਸੀ ਲੱਗਣੀ ਹੈ, ਚੱਲ ਮੈਂ ਤੈਨੂੰ ਲੈ ਚੱਲਦਾ। ਕਹਿੰਦਾ ਉਹ ਆਪਣੇ ਪਾਪਾ ਜੀ ਨੂੰ ਕਹੇ ਕਿ ਮੈਨੂੰ ਅੰਦਰ ਲੈ ਗਿਆ ਤੇ ਜਦੋਂ ਅਸੀਂ ਜਾ ਕੇ ਪਿੱਛੇ ਜਿਹੜਾ ਦੂਰ ਖਿਲਾਰ ਦਿੱਤਾ ਗਿਆ ਸਾਨੂੰ ਤੇ ਜਦੋਂ ਅਸੀਂ ਦੂਰ ਜਾ ਕੇ ਖੜ ਗਏ ਉੱਥੇ ਜਦੋਂ ਭਗਤ ਸਿੰਘ ਦਾ ਵਕਤ ਆਇਆ ਕਿ ਇਹਦੇ ਗਲ ਦੇ ਵਿੱਚ ਫਾਂਸੀ ਦਾ ਰਸਤਾ ਪਾਇਆ ਜਾਵੇ, ਭਗਤ ਸਿੰਘ ਬੇਹੋਸ਼ ਹੋ ਕੇ ਡਿੱਗ ਪਿਆ। ਜਦੋਂ ਬੇਹੋਸ਼ ਹੋ ਕੇ ਡਿੱਗ ਪਿਆ ਕਹਿੰਦਾ ਮੈਨੂੰ ਬੜਾ ਇੱਕਦਮ ਝੁੰਚਣੀ ਜਿਹੀ ਵੀ ਬਣ ਕੇ ਗਿਆ ਤਾਂ ਕਹਿੰਦਾ ਉੱਥੋਂ ਦਾ ਜਿਹੜਾ ਜੇਲ੍ਹ ਸੁਪਰਡੈਂਟ ਸੀ ਉਹਨੇ ਨਾਲ ਦੇ ਬੰਦਿਆਂ ਨੂੰ ਕਿਹਾ ਹੋਇਆ ਸੀ ਪਹਿਲੀ ਕਿ ਇਹ ਪ੍ਰਬੰਧ ਇਸ ਤਰ੍ਹਾਂ ਕਰਕੇ ਰੱਖਣਾ। ਉਹਨੇ ਇੱਕਦਮ ਹੌਲਦਾਰ ਨੂੰ ਆਖਿਆ ਕਿ ਇੱਕ ਠੰਡੇ ਪਾਣੀ ਦੀ ਬਾਲਟੀ ਚੁੱਕ ਕੇ ਭਗਤ ਸਿੰਘ ਦੇ ਉੱਤੇ ਡੋਲ ਦੇ ਫਟਾਫਟ ਇਹਦੇ ਮੂੰਹ ਦੇ ਉੱਤੇ। ਕਹਿੰਦਾ ਉਹਨੇ ਉਸੇ ਤਰ੍ਹਾਂ ਕੀਤਾ, ਫਟਾਫਟ ਬਾਲਟੀ ਪਾਣੀ ਦੀ ਡੋਲ ਤੇ ਭਗਤ ਸਿੰਘ ਉੱਤੇ ਠੰਡੇ ਪਾਣੀ ਦੀ ਬਾਲਟੀ ਪਾ ਦਿੱਤੀ ਗਈ ਤੇ ਕਹਿੰਦਾ ਨਾਲ ਅਗਲੀ ਕਾਰਵਾਈ ਕਰਦੇ, ਕਿਉਂਕਿ ਉਹਨਾਂ ਨਾਲ ਘਟਨਾਵਾਂ ਪਹਿਲਾਂ ਵੀ ਇਹੋ ਹੀ ਵਾਪਰਦੀਆਂ ਹੋਣ, ਜਦੋਂ ਕਿਸੇ ਬੰਦੇ ਨੂੰ ਫਾਂਸੀ ਲਾਉਂਦੇ ਨੇ ਅਕਸਰ ਡਰਦਾ ਮਾਰਾ ਬੇਹੋਸ਼ ਹੋ ਜਾਂਦਾ ਬੰਦਾ। ਤਾਂ ਭਗਤ ਸਿੰਘ ਬੇਹੋਸ਼ ਹੋ ਚੁੱਕਿਆ ਸੀ, ਪਾਣੀ ਪਾਉਣ ਤੋਂ ਬਾਅਦ ਜੇਲ੍ਹ ਦੇ ਹੌਲਦਾਰ ਨੇ 6-7 ਚਪੇੜਾਂ ਭਗਤ ਸਿੰਘ ਦੇ ਇੱਧਰ ਇੱਧਰ ਮੂੰਹ ਤੇ ਮਾਰ ਦਿੱਤੀਆਂ। ਜਦੋਂ ਚਪੇੜਾਂ ਵੱਜੀਆਂ ਇੱਕਦਮ ਉਹਨੇ ਸਿਰ ਝਟਕਿਆ, ਇਸ ਤਰ੍ਹਾਂ ਪਹਿਲਾਂ ਠੰਡਾ ਪਾਣੀ ਪਿਆ ਤੇ ਫਿਰ ਉੱਤੇ ਚਪੇੜਾਂ ਪਈਆਂ ਤੇ ਇੱਕਦਮ ਸਿਰ ਝਟਕਿਆ ਤੇ ਨਾਲ ਦੀ ਨਾ ਉਹ ਜਰਾ ਹੋਸ਼ ਜੀ ਚ ਆਇਆ, ਉਹਨਾਂ ਨੇ ਫੜ ਕੇ ਫਿਰ ਬਾਹਾਂ ਤੋਂ ਖੜਾ ਕਰ ਦਿੱਤਾ। ਖੜਾ ਕਰਕੇ ਤੁਰੰਤ ਉਹਨੂੰ ਘਸੀਟ ਕੇ ਫਾਂਸੀ ਦੇ ਤਖ਼ਤੇ ਤੇ ਲੈ ਗਏ ਤੇ ਗਲ ਦੇ ਵਿੱਚ ਉਹਦੇ ਰੱਸਾ ਪਾ ਦਿੱਤਾ ਗਿਆ ਤੇ ਨਾਲ ਦੀ ਨਾਲ ਨਾ ਕੋਈ ਜਕਾਰਾ, ਨਾ ਨਾਰਾ ਤੇ ਨਾ ਕੋਈ ਹੋਰ ਗੱਲ, ਇਸ ਤਰ੍ਹਾਂ ਮਰਿਆ ਤੇ ਬਾਕੀ ਦੋਵਾਂ ਦੀ ਲਗਭਗ ਇਸ ਤਰ੍ਹਾਂ ਦੀ ਹਾਲਤ ਸੀ। ਤੇ ਫਿਰ ਇੱਥੇ ਗੱਲ ਮੈਂ ਹੋਰ ਦੱਸ ਦਵਾਂ ਕਿ ਭਗਤ ਸਿੰਘ ਬਾਰੇ ਇੱਕ ਬੜਾ ਮਸ਼ਹੂਰ ਪ੍ਰਚਲਿਤ ਗੱਲ ਹੋ ਚੁੱਕੀ ਹੋਈ ਹੈ ਕਿ ਭਗਤ ਸਿੰਘ ਬੜਾ ਬਹਾਦਰ ਸੀ। ਇਹਨੇ ਸਹੁੰ ਖਾ ਲਈ ਕਿ ਲਾਲਾ ਲਾਜਪਤ ਰਾਏ ਨੂੰ ਜਿਹਨੇ ਡਾਂਗਾਂ ਪਈਆਂ ਨੇ ਤੇ ਇਹ ਮਿਸਟਰ ਜਿਹੜਾ ਇੱਕ ਇੰਸਪੈਕਟਰ ਸੀ ਪੁਲਿਸ ਦਾ ਉਹ ਸੀ ਸਕਾਟ, ਸਕਾਟ ਨੇ ਇਹਨੂੰ ਕੁੱਟਿਆ, ਮਾਰਿਆ, ਡਾਂਗਾਂ ਮਾਰੀਆਂ ਨੇ। ਪ੍ਰਚਾਰ ਇਹ ਕੀਤਾ ਗਿਆ ਸੀ ਕਿ ਲਾਲਾ ਦੌਲਤ ਰਾਏ ਦੇ ਛਾਤੀ ਦੇ ਵਿੱਚ ਡਾਂਗਾਂ ਮਾਰੀਆਂ ਗਈਆਂ ਨੇ। ਅੱਜ ਤੱਕ ਵੀ ਹੁਣ ਜਿਹੜੀ ਆਹ ਹਾਲਾਤ ਖਾੜਕੂਵਾਦ ਦੇ ਹੋਏ ਨੇ, ਤਕਰੀਬਨ 84-85 ਤੋਂ ਬਾਅਦ ਪੁਲਿਸ ਨੂੰ ਬੇਅੰਤ ਅਧਿਕਾਰ ਮਿਲੇ ਨੇ, ਇਹਦੇ ਕਾਰਨ ਤਾਂ ਇਹ ਜ਼ੁਲਮ ਹੋਏ ਨੇ। ਇਦੋਂ ਪਹਿਲਾਂ ਕਿਸੇ ਵੀ ਆਪਾਂ ਥਾਂ ਤੇ ਅਜਿਹੇ ਜ਼ੁਲਮ ਬਹੁਤ ਘੱਟ ਸੁਣਦੇ ਸੀ ਕਿ ਕੋਈ ਵੀ ਪੁਲਿਸ ਕਿਸੇ ਗ੍ਰਿਫਤਾਰ ਵਿਅਕਤੀ ਦੇ ਛਾਤੀ 'ਚ ਡਾਂਗਾ ਨਹੀਂ ਸੀ ਮਾਰਦੀ ਹੁੰਦੀ। ਮੁੱਦਾ ਪੈਂਦਾ, ਪਹਿਲੀ ਗੱਲ ਤੇ ਬੰਦਾ ਜਦੋਂ ਡਿੱਗਦਾ ਕਦੇ ਵੀ ਚਪਾਲ ਨਹੀਂ ਡਿੱਗਦਾ, ਆਮ ਤੌਰ ਤੇ ਦੇਖਿਆ ਜਾਂਦਾ। ਸ਼ਰਾਬੀ ਵੀ ਆਮ ਤੌਰ ਤੇ ਚਪਾਲ ਨਹੀਂ ਡਿੱਗਦਾ, ਉਹ ਵੀ ਮੁੱਦਾ ਡਿੱਗਦਾ, ਕਿਉਂਕਿ ਇਹ ਕੁਦਰਤ ਵੱਲੋਂ ਅਚੇਤ ਮਨ ਦੇ ਵੀ ਸਾਡੇ ਗੱਲ ਬੈਠੀ ਹੋਈ ਹੈ ਕਿ ਅਗਲਾ ਹਿੱਸਾ ਸਾਡਾ ਸਾਰਾ ਹੀ ਬੜਾ ਨਾਜ਼ੁਕ ਹੈ, ਪਿੱਠ ਸਾਡੀ ਕਾਫੀ ਮਜ਼ਬੂਤ ਹੈ, ਮਾਰ ਪੈ ਜਾਵੇ ਪਿੱਠ ਤੇ ਤਾਂ ਅਸੀਂ ਬਚ ਜਾਂਦੇ ਹਾਂ, ਪਰ ਪੇਟ ਤੇ ਜਾਂ ਮੱਥੇ ਦੇ ਉੱਤੇ ਕੋਈ ਡਾਂਗ ਪੈ ਜਾਵੇ ਬੰਦਾ ਬਚਦਾ ਨਹੀਂ ਹੈ। ਇਹਨਾਂ ਗੱਲਾਂ ਦੇ ਕਾਰਨ ਕੁਦਰਤ ਨੇ ਸਾਡੀ ਸੋਚਣ ਦੀ ਵਿਧੀ ਇਹ ਬਣਾਈ ਹੈ, ਜਦੋਂ ਅਸੀਂ ਡਿੱਗਣ ਲੱਗਦੇ ਹਾਂ ਹੋਰ ਤੇ ਹੋਰ ਅਸੀਂ ਅੱਖਾਂ 'ਤੇ ਹੱਥ ਰੱਖ ਲੈਣ ਨਾਲ ਦੀ ਨਾਲ ਡਿੱਗ ਪੈਂਦੇ ਹਾਂ, ਅੱਖਾਂ ਬਹੁਤ ਨਾਜ਼ੁਕ ਹਿੱਸਾ ਹੈ, ਅਸੀਂ ਬਚ ਜਾਂਦੇ, ਅੱਖਾਂ ਬਚ ਜਾਂਦੀਆਂ ਨੇ। ਅੱਗ 'ਤੇ ਵੀ ਡਿੱਗਣ ਲੱਗੇ ਖਾਸ ਕਰਕੇ ਅਸੀਂ ਅੱਖਾਂ 'ਤੇ ਹੱਥ ਜ਼ਰੂਰ ਰੱਖਦੇ ਹਾਂ ਤਾਂ ਕਿ ਅੱਖਾਂ ਨੂੰ ਅੱਗ ਦਾ ਸੇਕ ਨਹੀਂ ਚੱਲਦੀਆਂ ਅਤੇ ਨਾਲ ਦੀ ਨਾਲ ਖਤਮ ਹੋ ਜਾਂਦੀਆਂ ਨੇ। ਇਸ ਗੱਲਾਂ ਦੇ ਵਿੱਚ ਮਨੋਵਿਗਿਆਨੀ ਕਹਿੰਦੇ ਨੇ ਵੀ ਲਾਲਾ ਦੌਲਤ ਰਾਏ ਦਾ ਚਪਾਲ ਡਿੱਗਣਾ ਇਹ ਸੰਭਵ ਹੀ ਨਹੀਂ ਹੈ। ਦੂਜੀ ਗੱਲ, ਜੇ ਉਹ ਚਪਾਲ ਡਿੱਗ ਵੀ ਪਿਆ ਤਾਂ ਜਿਹੜਾ ਸਕਾਟ ਸੀ ਇੰਨਾ ਪਾਗਲ ਨਹੀਂ ਸੀ ਕਿ ਉਹਦੀ ਛਾਤੀ 'ਚ ਡਾਂਗਾ ਮਾਰਦਾ। ਉਹ ਜੇ ਡਾਂਗ ਉਹਨੇ ਮਾਰਨੀ ਵੀ ਹੈ ਤਾਂ ਉਹਦੀ ਪਿੱਠ 'ਤੇ ਮਾਰਦਾ 2-4, ਪਰ ਅਸਲੀਅਤ ਇਹ ਹੈ ਕਿ ਇਹ ਤਾਂ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੜਾ ਉੱਥੇ ਨਾ, ਉਹ ਗਰਮੀ ਦੇ ਵਿੱਚ ਆਪ ਹਾਰਿਆ ਪਿਆ ਸੀ, ਜੂਨ ਦਾ ਮਹੀਨਾ ਸੀ ਉਹਨਾਂ ਦਿਨਾਂ 'ਚ, ਥੰਬਿਆ ਪਿਆ ਸੀ, ਨਾਰੇ ਲਾਈ ਜਾਂਦਾ ਸੀ ਸਾਈਮਨ ਕਮਿਸ਼ਨ ਗੋ ਬੈਕ, ਸਾਈਮਨ ਕਮਿਸ਼ਨ ਗੋ ਬੈਕ ਇਹ ਕਹਿ ਰਿਹਾ ਸੀ ਉਹ ਰੇਲਵੇ ਸਟੇਸ਼ਨ 'ਤੇ ਖਲੋਤਾ। ਤੇ ਕਪੂਰ ਸਿੰਘ ਵੀ ਵਿਦਿਆਰਥੀ ਦੇ ਰੂਪ ਦੇ ਵਿੱਚ, ਕਿਉਂਕਿ
ਤਾਂ ਲਾਲਾ ਦੌਲਤ ਰਾਏ ਦਾ ਇਹ ਤਮਾਸ਼ਾ ਦੇਖਣ ਵਾਸਤੇ ਕਹਿੰਦਾ ਮੈਂ ਆ ਗਿਆ ਵੀ ਕੀ ਹੋ ਰਿਹਾ। ਤੇ ਜਦੋਂ ਕਹਿੰਦਾ ਮੈਂ ਉੱਥੇ ਆਇਆ ਤੇ ਉੱਥੇ ਲਾਲਾ ਦੌਲਤ ਰਾਏ ਨਾਰੇ ਲਾ ਰਿਹਾ ਤੇ ਉਧਰੋਂ ਸਾਈਬਰ ਕਮਿਸ਼ਨ ਆ ਗਿਆ ਤੇ ਉਹ ਅੰਗਰੇਜ਼ ਇੰਸਪੈਕਟਰ ਨੇ ਸਕਾਟ ਨੇ ਲਾਲਾ ਦੌਲਤ ਰਾਏ ਦੀ ਛਤਰੀ ਤੇ ਸੋਟੀ ਮਾਰੀ ਵੀ ਲਾਲਾ ਪਿੱਛੇ ਹੋ ਜਾ ਤੇ ਦੁਫੜਾ ਫੜਾ ਵੇਲਾ ਕਰਦੇ। ਇਹ ਕੁਝ ਲੋਕਾਂ ਦਾ ਧੱਕਾ ਪਿਆ, ਕੁਝ ਅੱਗੋਂ ਪੁਲਿਸ ਦਾ ਧੱਕਾ ਪਿਆ ਤੇ ਲਾਲਾ ਜੀ ਕਿਉਂਕਿ ਲਾਲਾ ਜੀ ਸਨ ਨਾ ਧੱਕਾ ਖਾ ਕੇ ਡਿੱਗ ਪਏ। ਉਦੋਂ ਧੁੱਪ ਬੜੀ ਪੈਂਦੀ ਸੀ, ਧੁੱਪ ਪੈਣ ਦੇ ਕਾਰਨ ਸਵੇਰ ਦਾ ਨਾਰੇ ਲਾਉਂਦੇ ਸੰਘ ਵੀ ਸੁੱਕਿਆ ਹੋਇਆ ਸੀ। ਹੁਣ ਲਾਲੇ ਕੀ ਜਾਣ ਹੈ ਵਿਚਾਰੀ ਆਖਰ ਨੂੰ, ਕਰੇ ਤਾਂ ਕੀ ਕਰੇ, ਉੱਥੇ ਉਹਨੂੰ ਦੌਰਾ ਪੈ ਗਿਆ ਬੇਹੋਸ਼ੀ ਦਾ। ਦੌਰਾ ਪੈਣ ਤੋਂ ਬਾਅਦ ਉਹਨੂੰ ਚੁੱਕ ਕੇ ਲੈ ਗਏ ਹਸਪਤਾਲ ਦੇ ਵਿੱਚ। ਹਸਪਤਾਲ ਦੇ ਵਿੱਚ ਜਾ ਕੇ ਕਮਾਲ ਇਹ ਹੋਈ ਕਿ ਇਹ ਐਲਾਨ ਕਰਵਾ ਦਿੱਤਾ ਗਿਆ ਕਿ ਲਾਲਾ ਜੀ ਦਾ ਸਿਹਤ ਬੜੀ ਖਰਾਬ ਹੈ, ਲਾਲਾ ਜੀ ਦਾ ਜਿਹੜੀ ਹਾਲਤ ਡਾਵਾਂ ਡੋਲ ਹੈ। ਚੌਥੇ ਦਿਨ ਇਹ ਐਲਾਨ ਹੋਣਾ ਸ਼ੁਰੂ ਹੋਇਆ ਕਿ ਲਾਲਾ ਜੀ ਦੀ ਛਾਤੀ ਵਿੱਚ ਲਾਠੀਆਂ ਲੱਗੀਆਂ ਨੇ। ਚੌਥੇ ਦਿਨ ਐਲਾਨ ਹੋਇਆ ਇਸ ਗੱਲ ਦਾ, ਪਹਿਲੇ ਦਿਨ ਐਲਾਨ ਨਹੀਂ ਹੋਇਆ। ਅੰਗਰੇਜ਼ ਡਾਕਟਰਾਂ ਨੇ ਬਾਹ ਜਹਾਨ ਦੀ ਲਾ ਲਈ ਕਿ ਸਾਨੂੰ ਡਾਕਟਰੀ ਮਾਇਨਾ ਕਰ ਲੈਣ ਦਿਓ, ਅਸੀਂ ਵਧੀਆ ਤੋਂ ਵਧੀਆ ਇਲਾਜ ਕਰਾਂਗੇ। ਜੇ ਹੋਈ ਹੈ, ਸਾਡਾ ਰਾਜਨੀਤਿਕ ਮਕਸਦ ਇਹ ਨਹੀਂ ਸੀ ਕਿ ਇਹਨੂੰ ਨੁਕਸਾਨ ਪਹੁੰਚਾਇਆ ਜਾਵੇ, ਤੇ ਅਸੀਂ ਇਹਦਾ ਇਲਾਜ ਕਰਾਂਗੇ, ਸਾਨੂੰ ਇਜਾਜ਼ਤ ਦਿਓ। ਕਿਸੇ ਅੰਗਰੇਜ਼ ਡਾਕਟਰ ਨੂੰ ਨੇੜੇ ਨਹੀਂ ਫਟਕਣ ਦਿੱਤਾ ਕਿ ਅਸੀਂ ਇਹਨੂੰ ਤਾਂ ਕਿ ਅਸਲੀ ਸਾਹਮਣੇ ਨਾ ਆ ਜਾਵੇ। ਹਿੰਦੂ ਡਾਕਟਰਾਂ ਨੇ ਆਪ ਹੀ ਬਿਆਨ ਦਿੱਤੇ ਵਾਰ ਵਾਰ ਕਿ ਲਾਲਾ ਜੀ ਦੇ ਛਾਤੀ ਮੇ ਬਹੁਤ ਡਾਂਗੇ ਲੱਗੀ ਹੈ, ਲਾਠੀਆਂ ਲੱਗੀ ਹੈ। ਅਖੀਰ ਨੂੰ ਲਾਲਾ ਜੀ ਪ੍ਰਲੋਕ ਗਮਨ ਕਰ ਗਏ ਤੇ ਇਹ ਪ੍ਰਲੋਕ ਗਮਨ ਦੇ ਵਿੱਚ ਫਿਰ ਪ੍ਰਚਾਰ ਇਹ ਕੀਤਾ ਗਿਆ ਕਿ ਲਾਲਾ ਜੀ ਦੀ ਜਿਹੜੀ ਮੌਤ ਹੈ ਬੜੀ ਅੰਗਰੇਜ਼ਾਂ ਦੀ ਜ਼ਾਲਮਾਨਾ ਤਰੀਕੇ ਨਾਲ ਮਾਰ ਦੇ ਨਾਲ ਹੋਈ ਹੈ ਤੇ ਹੁਣ ਲਾਲਾ ਜੀ ਦੇ ਖੱਫਣ ਦੇ ਵਿੱਚ ਠੁਕਿਆ ਹੋਇਆ ਆਖਰੀ ਕਿੱਲ, ਅੰਗਰੇਜ਼ਾਂ ਦੀ ਰਾਜਨੀਤੀ ਦੇ ਵਿੱਚ ਠੁਕਿਆ ਹੋਇਆ ਆਖਰੀ ਕਿੱਲ ਸਾਬਤ ਹੋਵੇਗਾ। ਇਹ ਪ੍ਰਚਾਰ ਹੋਇਆ ਬਹੁਤ ਸਾਰਾ। ਲਾਲਾ ਜੀ ਮਰ ਗਏ ਤੇ ਭਗਤ ਸਿੰਘ ਨਾਸਾ ਵੀ ਸੀ, ਮੂਰਖ ਸੀ ਵਿਚਾਰਾ, ਜੋਸ਼ ਦੇ ਵਿੱਚ ਆਇਆ ਜਿਵੇਂ ਕਿ ਆਪਣੇ ਆਮ ਨੌਜਵਾਨ ਰਾਜਿੰਦਰ ਨੇ, ਕਹਿੰਦਾ ਮੈਂ ਇਸ ਕਤਲ ਦਾ ਬਦਲਾ ਲਊਂਗਾ ਤੇ ਉਹਨੇ ਸਹੁੰ ਖਾ ਲਈ। ਸਹੁੰ ਖਾ ਕੇ ਬਦਲੇ ਦੀ ਭਾਵਨਾ ਕੀ ਸੀ ਕਿ ਮੈਂ ਸਕਾਟ ਨੂੰ ਮਾਰੂੰਗਾ। ਸਕਾਟ ਨੂੰ ਮਾਰਨ ਵਾਸਤੇ ਉਹ ਭਗਤ ਸਿੰਘ ਤੇ ਚੰਦਰ ਸ਼ੇਖਰ ਆਜ਼ਾਦ ਇਹ ਸਾਰੇ ਚੱਲ ਪਏ ਲਾਹੌਰ ਦੇ ਵਿੱਚ ਜਿੱਥੇ ਕਹਿੰਦਾ ਹੈੱਡਕੁਆਰਟਰ ਸੀ ਪੁਲਿਸ ਦਾ, ਉੱਥੇ ਆ ਗਏ। ਉੱਥੇ ਆ ਕੇ ਛੁੱਪ ਕੇ ਬੈਠ ਗਏ। ਚੰਦਰ ਸ਼ੇਖਰ ਆਜ਼ਾਦ ਦੂਰ ਕਿਤੇ ਲੁੱਕ ਕੇ ਬੈਠ ਗਿਆ ਤਾਂ ਕਿ ਇੱਥੋਂ ਦੀ ਮੋਟਰਸਾਈਕਲ 'ਤੇ ਸਕਾਟ ਆਊਗਾ ਅਤੇ ਮੈਂ ਗੋਲੀ ਮਾਰੂੰਗਾ ਉਹਨੂੰ। ਭਗਤ ਸਿੰਘ ਦੀ ਡਿਊਟੀ ਸੀ ਕਿ ਤੂੰ ਫਲਾਣੀ ਥਾਂ 'ਤੇ ਐਨ ਆਰਾਮ ਨਾਲ ਖੜ ਜਾਣਾ, ਜਰਾ ਕੁ ਲਾਂਭੇ ਜੇ ਕੰਧ ਨਾਲ ਲੱਗ ਕੇ, ਜਦੋਂ ਵੀ ਸਕਾਟ ਆਊਗਾ ਤੂੰ ਮੈਨੂੰ ਇਸ਼ਾਰਾ ਕਰੀ, ਇੱਥੋਂ ਕੰਧ ਦੇ ਓਟ ਦੇ ਵਿੱਚੋਂ ਮੈਂ ਨਾਲ ਦੀ ਨਾਲ ਗੋਲੀ ਚਲਾਊਂਗਾ, ਮੈਂ ਸਾਹਮਣੇ ਨਹੀਂ ਹੋਊਂਗਾ ਤਾਂ ਕਿ ਮੈਨੂੰ ਪਿਸਤੌਲ ਧਾਰੀ ਹੋਣ ਕਰਕੇ ਉਹ ਫੜ ਨਾ ਲੈਣ। ਭਗਤ ਸਿੰਘ ਨੇ ਇਹੀ ਕੀਤਾ। ਜਦੋਂ ਸਕਾਟ ਮੋਟਰਸਾਈਕਲ 'ਤੇ ਆਇਆ ਭਗਤ ਸਿੰਘ ਨੇ ਇਸ਼ਾਰਾ ਕਰਤਾ ਵੀ ਆ ਗਿਆ, ਉਹ ਤਿਆਰ ਹੋ ਗਿਆ। ਜਦੋਂ ਸਕਾਟ ਕੋਲੋਂ ਨਹੀਂ ਲੰਘਿਆ ਨਾਲ ਦੀ ਨਾਲ ਚੰਦਰ ਸ਼ੇਖਰ ਆਜ਼ਾਦ ਨੇ ਗੋਲੀ ਚਲਾ ਦਿੱਤੀ। ਉਹ ਜਿਹੜਾ ਸਕਾਟ ਸੀ ਉੱਥੇ ਨਾਲ ਦੀ ਨਾਲ ਹੀ ਡਿੱਗ ਪਿਆ ਅਤੇ ਤੜਫ ਕੇ ਉਹਦੀ ਜਾਨ ਨਿਕਲ ਗਈ। ਜਦੋਂ ਗੋਲੀ ਚੱਲੀ ਮੋਟਰਸਾਈਕਲ ਦੀ ਆਵਾਜ਼ ਬੰਦ ਹੋ ਗਈ, ਆਵਾਜ਼ਾਂ ਆਈਆਂ ਤਰ੍ਹਾਂ ਤਰ੍ਹਾਂ ਦੀਆਂ। ਅੰਦਰੋਂ ਪੁਲਿਸ ਦੇ ਹੈੱਡਕੁਆਰਟਰ ਦੇ ਵਿੱਚੋਂ ਹੌਲਦਾਰ ਚੰਨਣ ਸਿੰਘ ਨਿਕਲਿਆ। ਹੌਲਦਾਰ ਚੰਨਣ ਸਿੰਘ ਦਾ ਸਕਾ ਪੋਤਾ ਪ੍ਰੋਫੈਸਰ ਸੁਖਦਿਆਲ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਸ ਵਕਤ ਪ੍ਰੋਫੈਸਰ ਹੈ। ਦਾਸ ਨੂੰ ਉਹਦੇ ਨਾਲ ਸਿੱਧਮ ਸਿੱਧੇ ਗੱਲਬਾਤ ਕਰਕੇ ਸਾਰੀ ਜਿਹੜੀ ਅਸਲੀਅਤ ਜਾਣਨ ਦਾ ਮੌਕਾ ਮਿਲਿਆ ਹੋਇਆ। ਉਹ ਕਹਿੰਦਾ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ ਤੇ ਕਪੂਰ ਸਿੰਘ ਨੇ ਪਹਿਲਾਂ ਕਿਹਾ ਉਹ ਅਸਲੀ ਸੱਚ ਹੈ, ਬਾਕੀ ਸਾਰਾ ਤੂਫਾਨ ਝੂਠ ਮਾਰਿਆ ਜਾ ਰਿਹਾ। ਕਹਿੰਦਾ ਸਕਾ ਮੇਰਾ ਬਾਬਾ ਜੀ ਸੀ ਚੰਨਣ ਸਿੰਘ। ਖਾਲੀ ਹੱਥ ਚੰਨਣ ਸਿੰਘ ਬਾਹਰ ਆਇਆ ਇਹ ਵੇਖਣ ਵਾਸਤੇ ਗੋਲੀ ਕਿੱਥੇ ਚੱਲੀ ਹੈ। ਉਦੋਂ ਇੰਨੇ ਹਥਿਆਰਾਂ ਦਾ ਰਿਵਾਜ ਵੀ ਨਹੀਂ ਹੈਗਾ ਸੀ, ਬਹੁਤ ਪੁਰਾਣੀ ਗੱਲ ਹੈ। ਤੇ ਜਦੋਂ ਉਹਨੇ ਦੇਖਿਆ ਵੀ ਸਾਹਮਣੇ ਇੱਕ ਬੰਦਾ ਪੁਲਿਸ ਦਾ ਡਿੱਗਿਆ ਪਿਆ, ਲਹੂ 'ਚ ਲੱਥ ਪੱਥ ਹੈ, ਤੇ ਉਹਨੇ ਉਸ ਲੋਸ਼ ਲੋਥ ਨੂੰ ਚੁੱਕ ਕੇ ਅੱਗੇ ਅੰਦਰ ਲਿਜਾਣ ਦਾ ਯਤਨ ਕੀਤਾ। ਤੇ ਜਦੋਂ ਉਹਨੇ ਦੇਖਿਆ ਪਹਿਲਾਂ ਵੀ ਇਹ ਗੋਲੀ ਕਿਹਨੇ ਚਲਾਈ ਹੈ, ਕਿੱਧਰੋਂ ਆਈ, ਆਲੇ ਦੁਆਲੇ ਧਿਆਨ ਮਾਰਿਆ ਤਾਂ ਉਹਦਾ ਧਿਆਨ ਭਗਤ ਸਿੰਘ 'ਤੇ ਚਲੇਗਾ, ਚੰਨਣ ਸਿੰਘ ਦਾ। ਜਦੋਂ ਉਹਨੇ ਦੇਖਿਆ ਵੀ ਭਗਤ ਸਿੰਘ ਹੈ, ਇਹ ਭਗਤ ਸਿੰਘ ਨੂੰ ਖੁਦ ਖੁੰਦਕ ਪੈ ਗਈ ਮਨ 'ਚ ਕਿ ਇਸ ਬੰਦੇ ਨੇ ਹੁਣ ਮੈਨੂੰ ਵੇਖ ਲਿਆ ਅਤੇ ਕੱਲ੍ਹ ਨੂੰ ਗਵਾਹੀ ਦੇ ਟਾਈਮ 'ਤੇ ਮੈਨੂੰ ਪਛਾਣ ਕਰ ਦੇਵੇਗਾ, ਇਹਦੀ ਪਛਾਣ ਦੇ ਕਾਰਨ ਮੈਂ ਫਾਂਸੀ ਲੱਗ ਜੂੰਗਾ। ਭਗਤ ਸਿੰਘ ਨੇ ਫਿਰ ਐਸ ਚੰਨਣ ਸਿੰਘ 'ਤੇ ਗੋਲੀ ਮਾਰੀ ਹੈ, ਚੰਨਣ ਸਿੰਘ ਨੂੰ ਮਾਰ ਦਿੱਤਾ ਥਾਂ ਹੀ, ਅਤੇ ਦੋਵੇਂ ਭੱਜ ਗਏ। ਇਹ ਭੱਜੇ ਹੋਏ ਰੂਪੋਸ਼ ਰਹੇ ਕੋਈ ਸਮੇਂ ਵਾਸਤੇ। ਇਹਨਾਂ ਨੇ ਸੋਚਿਆ ਵੀ ਗੱਲ ਤਾਂ ਰੌਲੇ ਰਲ ਗਈ, ਆਪਾਂ ਤਾਂ ਲੀਡਰ ਤਾਂ ਬਣੇ ਨਹੀਂ ਹਾਂ, ਇਹ ਤਾਂ ਗੱਲ ਤਾਂ ਬਣੀ ਹੋਈ ਨਹੀਂ ਕੁਛ, ਫਿਰ ਹੁਣ ਕੀ ਕਰੀਏ, ਕਿਉਂਕਿ ਹੀਰੋ ਬਣਨ ਦਾ ਮਨ 'ਚ ਚਾਹ ਸੀ। ਅਤੇ ਇਹਨਾਂ ਨੇ ਫਿਰ ਕਿਹਾ ਵੀ ਚਲੋ ਆਪਾਂ ਕੋਈ ਨਾਟਕ ਰਚਦੇ ਹਾਂ। ਨਾਟਕ ਰਚ ਕੇ ਦਿਵਾਲੀ ਵਾਲੇ ਕੋਈ ਪਟਾਕੇ ਲੈ ਲਏ ਇਹਨਾਂ ਨੇ, ਜਿਹਨੂੰ ਕਿ ਅੰਨੀ ਬੋਲੀ ਅੰਗਰੇਜ਼ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਇੱਕ ਮਹਾਨ ਸਾਧਨ ਭਗਤ ਸਿੰਘ ਨੇ ਵਰਤਿਆ, ਉਸ ਗੱਲ ਦੇ ਨਾਲ ਇਹਨੂੰ ਪ੍ਰਚਾਰਿਆ ਗਿਆ। ਦਿਵਾਲੀ ਵਾਲੇ ਪਟਾਕੇ ਲੈ ਕੇ ਪਾਰਲੀਮੈਂਟ ਹਾਊਸ ਦੇ ਵਿੱਚ ਲੋਕ ਕੇ ਬੈਠ ਗਿਆ ਇਹ ਦਰਸ਼ਕ ਗੈਲਰੀ ਦੇ ਵਿੱਚ। ਜਦੋਂ ਉੱਥੇ ਕਾਰਵਾਈ ਚੱਲ ਰਹੀ ਸੀ ਦਰਸ਼ਕ ਗੈਲਰੀ ਦੇ ਵਿੱਚ, ਕੇਵਲ ਤੇ ਕੇਵਲ ਦਿਵਾਲੀ ਵਾਲਾ ਪਟਾਕਾ ਇਹਨੇ ਥੱਲੇ ਸਿੱੜਤਾ, ਉਹਦੇ ਨਾਲ ਕਿਸੇ ਦੇ ਸਰੀਰ ਨੂੰ ਝਰੀਟ ਤੱਕ ਨਹੀਂ ਆਈ ਹੈ। ਤੇ ਉਹਨੇ ਫਿਰ ਇਹ ਐਲਾਨ ਕੀਤਾ ਭਗਤ ਸਿੰਘ ਨੇ ਕਿ ਇਨਕਲਾਬ ਜ਼ਿੰਦਾਬਾਦ, ਅਸੀਂ ਅਮਨ ਦੇ ਪੁਜਾਰੀ ਹਾਂ, ਪਰ ਭਾਰਤ ਦੇਸ਼ ਦੇ ਵਿੱਚੋਂ ਅੰਗਰੇਜ਼ਾਂ ਨੂੰ ਨਿਕਲ ਜਾਣ ਵਾਸਤੇ ਹੁਕਮ ਦਿੰਦੇ ਹਾਂ ਕਿ ਅੰਗਰੇਜ਼ੋ ਭਾਰਤ ਨੂੰ ਛੱਡ ਦਿਓ। ਤੇ ਉਹਨੇ ਗ੍ਰਿਫਤਾਰ ਕਰ ਲਿਆ ਇਹਨੂੰ। ਹੁਣ ਕਮਾਲ ਇਹ ਹੈ ਕਿ ਕੱਲ੍ਹ ਬੰਦਾ ਕਿਸੇ ਨੂੰ ਕਤਲ ਕਰਕੇ ਅੱਜ ਅਮਨ ਦਾ ਪੁਜਾਰੀ ਅਤੇ ਗਾਂਧੀ ਦਾ ਚੇਲਾ ਬਣਨ ਦਾ ਢੌਂਗ ਕਰ ਰਿਹਾ ਹੈ, ਕੱਲ੍ਹ ਹੌਲਦਾਰ ਚੰਨਣ ਸਿੰਘ ਦੇ ਕੁਝ ਸਮਾਂ ਪਹਿਲਾਂ ਗੋਲੀ ਮਾਰ ਕੇ ਆਇਆ, ਸਿਰਫ ਇਸ ਕਰਕੇ ਕਿ ਮੈਂ ਕਿਤੇ ਇਸ ਦੀ ਗਵਾਹੀ ਦੇ ਨਾਲ ਫਾਂਸੀ ਨਾ ਲੱਗ ਜਾਵਾਂ। ਉਸ ਤੋਂ ਪਹਿਲਾਂ ਇਹਨਾਂ ਨੇ ਬੈਂਕਾਂ ਲੁੱਟੀਆਂ ਨੇ ਅਮਨ ਦੇ ਪੁਜਾਰੀਆਂ ਨੇ, ਅਤੇ ਫਿਰ ਪੈਸਾ ਇਕੱਠਾ ਕਰਕੇ ਹਥਿਆਰ ਖਰੀਦੇ ਨੇ,
ਕਿਉਂਕਿ ਸ਼ਕਲਾਂ ਦੇ ਵੀ ਉਹਨੂੰ ਚੰਗੀ ਤਰ੍ਹਾਂ ਪਛਾਣ ਨਹੀਂ ਸੀ। ਸਕਾਟ ਅਸਲੀ ਅਖੌਤੀ ਦੋਸ਼ੀ ਦੀ ਥਾਂ ਤੇ ਉੱਥੇ ਸਾਂਡਰਸ ਮਾਰ ਦਿੱਤਾ ਗਿਆ ਤੇ ਇਹ ਬੰਦੇ ਸਾਂਡਰਸ ਨੂੰ ਅਤੇ ਚੌਹਲਦਾਰ ਚੰਨਣ ਸਿੰਘ ਨੂੰ ਬਿਲਕੁਲ ਬੇਦੋਸ਼ਾਂ ਨੂੰ ਕਤਲ ਕਰਕੇ ਭਗਤ ਸਿੰਘ ਕਹਿ ਰਿਹਾ ਸੀ ਕਿ ਮੈਂ ਅਹਿੰਸਾ ਪਰਮੋ ਧਰਮ ਦਾ ਪੁਜਾਰੀ ਹਾਂ, ਗਾਂਧੀ ਦਾ ਪੱਕਾ ਚੇਲਾ ਹਾਂ ਤੇ ਦੇਖੋ ਜੇ ਮੈਂ ਕਿਸੇ ਨੂੰ ਮਾਰਨਾ ਹੁੰਦਾ ਪਾਰਲੀਮੈਂਟ ਦੇ ਵਿੱਚ ਮੈਂ ਬੰਬ ਚਲਾਉਂਦਾ। ਮੈਂ ਬੰਬ ਨਹੀਂ ਚਲਾਇਆ, ਮੈਂ ਤੇ ਕੇਵਲ ਪਟਾਕਾ ਚਲਾਇਆ, ਪਰ ਇਸ ਪਟਾਕੇ ਦਾ ਹਲਕਾ ਤੇ ਕਤਲ ਦਾ ਮੁਕੱਦਮਾ ਵਰਦ, ਕਤਲ ਦੇ ਮੁਕੱਦਮੇ ਦੇ ਵਿੱਚ ਇਹਨੂੰ ਫਾਂਸੀ ਲੱਗੀ ਆ, ਨਾ ਕਿ ਕਿਸੇ ਹੋਰ ਕਾਰਨ ਦੇ ਕਰਕੇ। ਬਾਕੀ ਦੇਸ਼ ਦੀਆਂ ਬਗਾਵਤਾਂ ਦੀਆਂ ਕਹਾਣੀਆਂ ਮਗਰੋਂ ਜੋੜੀਆਂ ਗਈਆਂ ਨੇ, ਉਹ ਜਾਣਦੇ ਸਨ ਕਾਮਰੇਡ ਕਿ ਜੇ ਇਸ ਗੱਲ ਨੂੰ ਵੱਡੇ ਪੈਮਾਨੇ ਤੇ ਪਹੁੰਚਾਇਆ, ਉਛਾਲਿਆ, ਪ੍ਰਚਾਰਿਆ ਨਾ ਗਿਆ, ਪੰਜਾਬ ਦੇ ਵਿੱਚ ਤਾਂ ਸਾਡਾ ਕੁਛ ਵੀ ਨਹੀਂ ਹੈ। ਗੱਲ ਤਾਂ ਬਾਕੀ ਤਾਂ ਸਾਰੇ ਸਿੱਖ ਗੁਰੂ ਸਾਹਿਬ ਨਾਲ ਜੁੜੇ ਹੋਏ ਨੇ, ਇੱਕ ਬੰਦਾ ਮਸੀਂ ਟੁੱਟ ਕੇ ਲੈਨਨ ਨਾਲ ਜੁੜਿਆ ਤੇ ਲੈਨਨ ਨਾਲ ਜੁੜੇ ਨੂੰ ਆਪਾਂ ਬੋਚ ਲਈਏ, ਇਹਦੀਆਂ ਕਹਾਣੀਆਂ ਆਪਾਂ ਵਧਾਈਏ, ਪਰਚਾਈਏ ਤੇ ਫੁਲਾਈਏ। ਇੱਥੇ ਕਪੂਰ ਸਿੰਘ ਨੇ ਫਿਰ ਦੱਸਿਆ, ਕਹਿੰਦਾ ਇਸ ਨੌਜਵਾਨ ਨੂੰ ਮੈਂ ਨੇੜਿਓਂ ਚੰਗੀ ਤਰ੍ਹਾਂ ਵੇਖਿਆ ਹੋਇਆ, ਉਦੋਂ ਇਹ ਮੇਰੀ ਕੀ ਉਮਰ ਦੀ ਸੀ ਜਦੋਂ ਇਹ ਸਾਰੇ ਭਾਣੇ ਵਾਪਰੇ ਨੇ। ਕਹਿੰਦਾ ਜਦੋਂ ਇਹ ਸਾਰਾ ਕੁਝ ਹੋਇਆ ਉਦੋਂ ਮੈਂ ਉਦੋਂ ਮੌਕੇ ਦਾ ਗਵਾਹ ਸੀ ਤੇ ਹੋਰ ਜਦੋਂ ਉਹ ਜਿਹੜਾ ਸੀ ਸਕਾਟ ਬਚ ਗਿਆ ਸੀ, ਜਿਹੜਾ ਸਕਾਟ ਭਾਰਤ ਆਜ਼ਾਦ ਹੋਣ ਤੋਂ ਬਾਅਦ ਕਰਨਾਲ ਆਇਆ, ਕਰਨਾਲ ਉਹਨਾਂ ਦਿਨਾਂ 'ਚ ਕਪੂਰ ਸਿੰਘ ਡਿਪਟੀ ਕਮਿਸ਼ਨਰ ਲੱਗਿਆ ਹੋਇਆ ਸੀ। ਕਹਿੰਦਾ ਉਹਨੇ ਆ ਕੇ ਮੇਰੇ ਕੋਲ ਚਿੱਠ ਭੇਜੀ, ਰਿਟਾਇਰ ਹੋ ਚੁੱਕੇ ਪੁਲਿਸ ਅਫਸਰ ਨੇ ਸਕਾਟ ਨੇ, ਉਹਨੂੰ ਪਤਾ ਨਹੀਂ ਸੀ ਵੀ ਕਪੂਰ ਸਿੰਘ ਕੌਣ ਹੈ, ਉਹ ਪਤਾ ਜਾਣਦਾ ਸੀ ਕਿ ਮੈਂ ਇੱਥੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਆਪਣੀ ਰਹਿਸ਼ ਦਾ ਪ੍ਰਬੰਧ ਕਰਨਾ ਚਾਹੁੰਦਾ। ਤਾਂ ਜਦੋਂ ਉਹਨੇ ਪੜ੍ਹਿਆ ਨਾ ਕਪੂਰ ਸਿੰਘ ਨੇ ਕਿ ਸਕਾਟ ਰਿਟਾਇਰ ਪੁਲਿਸ ਅਫਸਰ ਹੈ, ਕਹਿੰਦਾ ਮੈਂ ਇਹਨੂੰ ਅੰਦਰ ਸੱਦ ਲਿਆ, ਕਿਉਂਕਿ ਮੈਂ ਤਾਂ ਜਾਣਦਾ ਸੀ ਉਹ ਮੈਨੂੰ ਨਹੀਂ ਜਾਣਦਾ ਸੀ। ਤੇ ਮੈਂ ਉਹਨੂੰ ਅੰਦਰ ਸੱਦ ਕੇ ਕਹਿੰਦਾ ਚਾਹ ਪਾਣੀ ਨਾਲ ਸੇਵਾ ਕੀਤੀ ਤੇ ਪੁੱਛਿਆ ਵੀ ਸਕਾਟ ਸਾਹਿਬ ਤੁਸੀਂ ਬੜੇ ਵੱਡੇ ਦੇਰ ਤੇ ਵੱਡੇ ਅਹੁਦੇ ਤੇ ਰਹੇ ਹੋ, ਬਜ਼ੁਰਗ ਅਫਸਰ ਹੋ, ਮੈਨੂੰ ਇੱਕ ਗੱਲ ਦੱਸੋ ਕਿ ਉਹ ਜਿਹੜੀ ਕਹਾਣੀ ਹੈ ਲਾਲਾ ਦੌਲਤ ਰਾਏ ਵਾਲੀ ਔਰ ਭਗਤ ਸਿੰਘ ਵਾਲੀ, ਉਹ ਕਹਾਣੀ ਕੀ ਅਸਲ ਦੇ ਵਿੱਚ? ਕਹਿੰਦਾ ਉਹਨੇ ਮੱਥੇ ਤੇ ਹੱਥ ਮਾਰਿਆ, ਕਹਿੰਦਾ ਕਾਹਨੂੰ ਹਲੇ ਜ਼ਖਮਾਂ ਤੇ ਲੂਣ ਪਾਉਣ ਲੱਗਿਆ ਫਿਰ, ਮੇਰੇ ਜ਼ਖਮ ਵਾਲੇ ਰਾਜੀ ਨਹੀਂ ਹੋਏ ਹਨ। ਕਹਿੰਦਾ ਮੈਂ ਕਿਹਾ ਜੀ ਕੀ? ਕਹਿੰਦਾ ਵੀ ਮੈਨੂੰ ਇੱਕ ਹੈਰਾਨੀ ਹੈ ਕਿ ਤੁਹਾਡਾ ਭਾਰਤੀ ਪ੍ਰੈਸ ਇੰਨੀ ਨੀਚਤਾ ਤੱਕ ਵੀ ਝੂਠ ਬੋਲ ਸਕਦਾ, ਮੈਨੂੰ ਕਦੀ ਆਸ ਨਹੀਂ ਸੀ। ਉਹ ਕਹਿੰਦਾ ਭਗਤ ਸਿੰਘ ਕੁਛ ਵੀ ਨਹੀਂ ਹੈਗਾ ਸੀ, ਇੱਕ ਟਕੇ ਦਾ ਜਵਾਕ, ਦੋ ਤਿੰਨ ਬੰਦਿਆਂ ਨੂੰ ਉਹਨੇ ਗੋਲੀਆਂ ਮਾਰ ਦਿੱਤੀਆਂ ਤੇ ਉਹਨੂੰ ਆਕਾਸ਼ ਤੇ ਚੜਾ ਦਿੱਤਾ ਗਿਆ ਤੇ ਮੈਨੂੰ ਕਹਿੰਦਾ ਸੱਚੇ ਸੁੱਚੇ ਨੂੰ ਝੂਠਾ ਕਰ ਦਿੱਤਾ ਗਿਆ, ਯਾਨੀ ਕਿ ਮੈਂ ਲਾਲਾ ਦੌਲਤ ਰਾਏ ਦੇ ਕੁਛ ਵੀ ਨਹੀਂ ਮੈਂ ਮਾਰਿਆ, ਮੈਨੂੰ ਝੂਠਾ ਕਰ ਦਿੱਤਾ ਗਿਆ ਤੇ ਇੱਕ ਸੱਚੇ ਬੰਦੇ ਨੂੰ ਸਾਂਡਰਸ ਨੂੰ ਗੋਲੀ ਮਾਰ ਦਿੱਤੀ ਗਈ ਤੇ ਸਾਰਾ ਕੁਝ ਇਹ ਤੁਹਾਡੀ ਪ੍ਰੈਸ ਬੜੀ ਵਿਧੀ ਪੂਰਵਕ ਏਕਤਾ ਦੇ ਨਾਲ ਇਹਨੂੰ ਸੱਚਸਿੱਧ ਕਰ ਰਹੀ ਹੈ। ਕਹਿੰਦਾ ਮੈਨੂੰ ਬੜਾ ਅਫਸੋਸ ਹੈ। ਕਹਿੰਦਾ ਮੈਂ ਕਪੂਰ ਸਿੰਘ ਕਹਿੰਦਾ ਮੈਂ ਬੜਾ ਖੁਸ਼ ਹੋਇਆ ਕਿ ਮੈਨੂੰ ਆਪਣੀ ਸੱਚਾਈ ਦੀ ਪ੍ਰੋੜਤਾ ਵਾਸਤੇ ਇੱਕ ਹੋਰ ਵੱਡੀ ਗਵਾਹੀ ਮਿਲ ਗਈ ਹੈ। ਉਸ ਤੋਂ ਬਾਅਦ ਕਹਿੰਦਾ ਵੀ ਮੈਂ ਹੁਣ ਤੁਹਾਨੂੰ ਇਹ ਕਹਿਣਾ ਚਾਹੁੰਦਾ, ਭਗਤ ਸਿੰਘ ਤਾਂ ਜੋ ਕੁਝ ਸੀ ਕਮਿਊਨਿਜ਼ਮ ਬੜਾ ਮਹਾਨ ਹੈ, ਕਮਿਊਨਿਜ਼ਮ ਕਹਿੰਦਾ ਵਾਕਈ ਮਹਾਨ ਹੈ, ਕਮਿਊਨਿਜ਼ਮ ਇੱਕ ਡਾਂਗ ਦੀ ਨਿਆਈ ਹੈ। ਕਹਿੰਦਾ ਪਹਿਲੀ ਗੱਲ ਤਾਂ ਮੈਂ ਉਸ ਬੰਦੇ ਨੂੰ ਭਾਵੇਂ ਕਿਸੇ ਵੀ ਧਰਮ ਨੂੰ ਕਿਸੇ ਨੂੰ ਮਜ਼ਹਬ ਨੂੰ ਮੰਨਣ ਵਾਲਾ ਹੋਵੇ, ਜੇ ਕਿਸੇ ਨੂੰ 30 ਸਾਲ ਦੀ ਉਮਰ ਤੱਕ ਜੋਸ਼ ਨਹੀਂ ਆਉਂਦਾ ਤੇ ਜੋਸ਼ ਦੇ ਵਿੱਚ ਆ ਕੇ ਉਹ ਕਮਿਊਨਿਜ਼ਮ ਦੀ ਇਨਕਲਾਬ ਜਿੰਦਾਬਾਦ ਦਾ ਨਾਰਾ ਨਹੀਂ ਲਾਉਂਦਾ, ਇਹਦਾ ਮਤਲਬ ਨੌਜਵਾਨ ਬੁਝਦਲ ਹੈ, ਉਹਦੇ ਵਿੱਚ ਖੂਨ ਹੀ ਨਹੀਂ ਹੈ, ਜੋਸ਼ ਹੀ ਨਹੀਂ ਹੈ, ਕਿਉਂਕਿ ਨੌਜਵਾਨਾਂ ਦਾ ਕੰਮ ਹੀ ਹੁੰਦਾ ਜੋਸ਼ੀਲੀਆਂ ਗੱਲਾਂ ਕਰਨੀਆਂ, ਇਨਕਲਾਬ ਜਿੰਦਾਬਾਦ ਮਾਰ ਦਿਆਂਗੇ, ਚੱਕ ਦਿਆਂਗੇ, ਉਹ ਕਰ ਦਿਆਂਗੇ। ਕਹਿੰਦਾ ਜੇ 30 ਸਾਲ ਦੀ ਉਮਰ ਤੱਕ ਕੋਈ ਨੌਜਵਾਨ ਕਾਮਰੇਡ ਬਣ ਕੇ ਨਾਰੇਬਾਜ਼ੀ ਨਹੀਂ ਕਰਦਾ, ਭੰਨ ਤੋੜ ਨਹੀਂ ਕਰਦਾ, ਇਹਦਾ ਮਤਲਬ ਉਸ ਨੌਜਵਾਨ ਦਾ ਖੂਨ ਠੰਡਾ, ਉਹਦਾ ਇਲਾਜ ਕਰਾਉਣ ਵਾਲਾ। ਪਰ ਕਹਿੰਦਾ ਦੂਜੀ ਗੱਲ ਇਹ, ਜੇ 30 ਸਾਲ ਦੀ ਉਮਰ ਤੋਂ ਬਾਅਦ ਵੀ ਕੋਈ ਨੌਜਵਾਨ ਕਾਮਰੇਡ ਬਣਿਆ ਰਹਿ ਜਾਂਦਾ ਤਾਂ ਕਹਿੰਦਾ ਮੈਂ ਸਮਝਦਾ ਵੀ ਇਹ ਪਾਗਲ ਹੈ, ਕਿਉਂਕਿ ਉਦੋਂ ਬਾਅਦ ਉਹਨੂੰ ਪਤਾ ਲੱਗ ਜਾਂਦਾ ਕਿ ਅਸਲੀਅਤ ਕੋਈ ਨਹੀਂ ਹੈ, ਇਹ ਕਮਿਊਨਿਜ਼ਮ ਦੇ ਵਿੱਚ ਹੈ ਕੱਖ ਨਹੀਂ, ਬਿਲਕੁਲ ਪਾਗਲਾਂ ਦੀ ਇਹ ਗੱਲ ਹੈ ਸਾਰੀ। ਕਹਿੰਦਾ ਜਿਹੜਾ ਤੁਹਾਡਾ ਕਮਿਊਨਿਜ਼ਮ ਹੈ ਨਾ, ਇਹ ਕਹਿੰਦਾ ਵਾਕਈ ਇਹ ਡੰਗੋਰੀ ਦੀ ਨਿਆਈ ਹੈ, ਪਰ ਡੰਗੋਰੀ ਕੇਵਲ ਅੰਨੇ ਲੋਕ ਪਕੜਦੇ ਨੇ ਤੇ ਕਹਿੰਦਾ ਸੁਜਾਖੇ ਲੋਕਾਂ ਨੂੰ ਸੋਟੀਆਂ ਦੀ ਡੰਗੋਰੀਆਂ ਦੀ ਸਹਾਰੇ ਦੀ ਲੋੜ ਨਹੀਂ ਹੁੰਦੀ, ਜਾਂ ਤਾਂ ਜਿਹੜਾ ਲੱਤੋਂ ਕਮਜ਼ੋਰ ਹੋਵੇ ਤੁਰ ਨਾ ਸਕਦਾ ਸੋਟੀ ਦਾ ਸਹਾਰਾ ਉਹ ਰਹਿੰਦਾ, ਜਾਂ ਜਿਹੜਾ ਅੰਨਾ ਹੋਵੇ ਉਹ ਟੋ ਟੋ ਕੇ ਤੁਰਦਾ, ਬਾਕੀਆਂ ਨੂੰ ਡਾਂਗਾਂ ਦੀ ਲੋੜ ਨਹੀਂ ਹੁੰਦੀ। ਕਹਿੰਦਾ ਹੁਣ ਜਾਂ ਤਾਂ ਤੁਸੀਂ ਭਗਤ ਸਿੰਘ ਦੇ ਮਗਰ ਲੱਗਣ ਵਾਲੇ ਅੰਨੇ ਹੋ ਤੇ ਜਾਂ ਲੱਤੋਂ ਲੰਗੇ ਹੋ, ਮੈਨੂੰ ਨਹੀਂ ਕਹਿੰਦਾ ਸਮਝ ਆਉਂਦੀ। ਤਾਂ ਇਹ ਜਿਹੜੀਆਂ ਕਹਿ ਕੇ ਕਪੂਰ ਸਿੰਘ ਥੱਲੇ ਉਤਰ ਆਇਆ, ਉਹ ਇੰਨੇ ਪਿੱਟੇ ਕਾਮਰੇਡ, ਇੰਨੇ ਪਿੱਟੇ ਵੀ ਇਹਨੂੰ ਬੁਲਾਇਆ ਕਾਹਨੂੰ ਸੀ ਇੱਥੇ, ਕਿਹਨੇ ਕਿਹਾ ਸੀ, ਉਹ ਉਹਦੇ ਨਾਲ ਲੜੇ ਵੀ ਤੈਂ ਟਾਈਮ ਦਿੱਤਾ, ਦੂਜਾ ਕਹਿੰਦਾ ਮੈਂ ਕਾਹਨੂੰ ਆਖਿਆ ਤੂੰ ਕੁਣੀਆਂ ਮਾਰੀ ਜਾਂਦਾ ਸੀ ਟਾਈਮ ਦੇ ਦੇ। ਸੋ ਇਹ ਕਪੂਰ ਸਿੰਘ ਜੀ ਨੇ ਉੱਤੇ ਚੰਦ ਚਾੜਿਆ।